ਹੋਲਾ ਮੁਹੱਲਾ ਵਿੱਚ ਪ੍ਰਸ਼ਾਸਨ ਨੇ ਆਏ ਹੋਏ ਸ਼ਰਧਾਲੂਆਂ ਦੀ ਸੁਵਿਧਾ ਦੇ ਲਈ ਕਈ ਕਦਮ ਚੁੱਕੇ ਹਨ, ਜਿਸ ਵਿੱਚ ਹੋਲੇ ਮੁਹੱਲੇ ਦੇ ਦੌਰਾਨ ਆਈ ਹੋਈ ਸੰਗਤ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪਰੇਸ਼ਾਨੀ ਨਾ ਹੋਵੇ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਨੇ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਦੇ ਵਿੱਚ ਪੈਂਦੇ ਟੋਲ ਪਲਾਜ਼ਾ ਨੂੰ 25 ਫਰਵਰੀ ਤੋਂ ਲੈ ਕੇ 2 ਮਾਰਚ ਤੱਕ ਸ਼ਰਧਾਲੂਆਂ ਦੇ ਲਈ ਬੰਦ ਕੀਤਾ। ਉੱਥੇ ਹੀ ਸ਼ਰਧਾਲੂਆਂ ਦੀ ਸੁਵਿਧਾ ਦੇ ਲਈ ਪ੍ਰਸ਼ਾਸਨ ਨੇ ਸੰਗਤ ਦੇ ਲਈ ਇੱਕ ਹੋਲਾ ਮੁਹੱਲਾ ਸੁਵਿਧਾ ਐਪ ਲਾਂਚ ਕੀਤਾ, ਜਿਸ ਦੀ ਮਦਦ ਨਾਲ ਸ਼ਰਧਾਲੂ ਆਪਣੀ ਮੰਜ਼ਿਲ ਜਾਂ ਲੋਕੇਸ਼ਨ ਤੱਕ ਆਸਾਨੀ ਨਾਲ ਜਾ ਸਕਣਗੇ। ਇਹਦੇ ਵਿੱਚ ਹੋਲਾ ਮੁਹੱਲਾ ਦੇ ਮੁੱਖ ਰੱਖਦੇ ਹੋਏ ਟੋਲ ਪਲਾਜ਼ਾ ਵੀ 25 ਤਰੀਕ ਤੋਂ ਲੈ ਕੇ 2 ਤਰੀਕ ਤੱਕ ਆਉਣ ਵਾਲੇ ਸ਼ਰਧਾਲੂਆਂ ਲਈ, ਜਿਹੜੇ ਵੀ ਆਉਣਗੇ ਉਹਨਾਂ ਲਈ ਆਉਣਾ ਜਾਣਾ ਬਿਲਕੁਲ ਟੋਟਲੀ ਫ੍ਰੀ ਹੈ। 25 ਤਰੀਕ ਤੋਂ ਲੈ ਕੇ 2 ਤੱਕ ਕਿਸੇ ਸ਼ਰਧਾਲੂ 'ਤੇ ਟੋਲ ਟੈਕਸ ਨਹੀਂ ਲੱਗੇਗਾ। ਅਸੀਂ ਗੂਗਲ ਐਪ ਤਿਆਰ ਕੀਤੀ ਹੈਗੀ ਹੈ ਹੋਲਾ ਮੁਹੱਲਾ ਦੇ ਨਾਂ ਦੇ ਉੱਤੇ। ਇਹ ਐਪ ਇੰਗਲਿਸ਼ ਅਤੇ ਪੰਜਾਬੀ ਦੋਨਾਂ ਵਿੱਚ ਹੈਗੀ ਹੈ ਅਤੇ ਇਹਦੇ ਵਿੱਚ ਜੋ ਫੈਸਿਲਿਟੀਜ਼ ਸਾਡੀਆਂ ਸੈਟਅਪ ਕੀਤੀਆਂ ਗਈਆਂ ਨੇ, ਚਾਹੇ ਉਹ ਟੋਇਲਟਸ ਨੇ, ਚਾਹੇ ਉਹ ਲੰਗਰ ਹੈ, ਚਾਹੇ ਪੀਣ ਵਾਲਾ ਪਾਣੀ ਹੈ, ਚਾਹੇ ਹੈਲਥ ਫੈਸਿਲਿਟੀਜ਼ ਹੈ, ਹੈਲਪ ਡੈਸਕ ਹੈਗੇ, ਸੈਨੀਟੇਸ਼ਨ ਹੈ, ਜੋ ਵੀ ਮਤਲਬ ਸਾਡੇ ਅਵੇਲੇਬਲ ਫੈਸਿਲਿਟੀਜ਼ ਨੇ ਉਹਨਾਂ ਸਾਰੇ ਦੀ ਇਨਫੋਰਮੇਸ਼ਨ ਉਸ ਐਪ ਦੇ ਉੱਤੇ ਅਵੇਲੇਬਲ ਹੈ। ਸ਼੍ਰੀ ਅਨੰਦਪੁਰ ਸਾਹਿਬ ਤੋਂ ਸੱਜਣ ਸੈਣੀ ਦੀ ਰਿਪੋਰਟ, ਚੈਨਲ 2।